ਜਲਾਲਾਬਾਦ ਹਲਕੇ ਦੇ ਪਿੰਡ ਹੌਜਕਾਸ ਵਿਖੇ ਬੀਤੇ 1.5 ਸਾਲ ਤੋਂ ਬੰਦ ਪਈ ਡਿਸਪੈਂਸਰੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਪਿੰਡ ਵਾਸੀਆਂ ਨੇ ਕੀਤੀ ਮੰਗ। ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਹੌਜਕਾਸ ਵਿਖੇ ਬੀਤੇ 1.5 ਸਾਲ ਤੋਂ ਸਰਕਾਰੀ ਡਿਸਪੈਂਸਰੀ ਬੰਦ ਪਈ ਹੈ। ਇਸ ਡਿਸਪੈਂਸਰੀ ਨੂੰ 7 ਪਿੰਡ ਲੱਗਦੇ ਹਨ ਅਤੇ ਲੋਕਾਂ ਨੂੰ ਦਵਾਈ ਲੈਣ ਵਾਸਤੇ ਫਾਜ਼ਿਲਕਾ ਜਾਂ ਫਿਰ ਅਰਨੀ ਵਾਲਾ ਜਾਣਾ ਪੈਂਦਾ ਹੈ। ਦੱਸ ਦਈਏ ਕਿ ਇੱਥੇ ਲੋਕ ਆਰਥਿਕ ਪੱਖੋਂ ਕਮਜ਼ੋਰ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਇਸ ਬੰਦ ਪਈ ਡਿਸਪੈਂਸਰੀ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ। ਪਿੰਡ ਵਾਸੀਆਂ ਦੇ ਵੱਲੋਂ ਅੱਜ ਸਰਕਾਰੀ ਡਿਸਪੈਂਸਰੀ ਦੀ ਬਿਲਡਿੰਗ ਵਿਖੇ ਇਕੱਠੇ ਹੋ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ 1.5 ਸਾਲ ਤੋਂ ਬੰਦ ਪਈ ਡਿਸਪੈਂਸਰੀ ਦੇ ਕਾਰਨ ਉਹਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਵਾਸੀਆਂ ਦੇ ਆਰੋਪ ਹਨ ਕਿ ਮੁਹੱਲਾ ਕਲੀਨਿਕ ਦੇ ਵਿੱਚ ਇੱਥੋਂ ਦੇ ਡਾਕਟਰਾਂ ਦੀ ਬਦਲੀ ਕਰ ਦਿੱਤੀ ਗਈ ਹੈ ਅਤੇ ਇਹ ਡਿਸਪੈਂਸਰੀ ਨੂੰ ਬੰਦ ਕਰ ਦਿੱਤਾ ਗਿਆ। ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਡਿਸਪੈਂਸਰੀ ਨੂੰ ਚਲਾਇਆ ਜਾਵੇ ਤਾਂ ਜੋ ਕਿ ਪਿੰਡ ਵਾਸੀਆਂ ਨੂੰ ਦਵਾਈ ਲੈਣ ਦੇ ਵਾਸਤੇ ਖੱਜਲ ਖਰਾਬ ਨਾ ਹੋਣਾ ਪਵੇ ਅਤੇ ਦੂਰ ਦੁਰਾਡੇ ਸਫ਼ਰ ਕਰ ਦਵਾਈ ਲੈਣ ਵਾਸਤੇ ਨਾ ਜਾਣਾ ਪਵੇ। ਦਰਸ਼ਨ ਇਹ ਹੀ ਹੈ ਜੀ, ਸਾਡੀ ਇੱਥੇ ਪੁਰਾਣੀ ਡਿਸਪੈਂਸਰੀ ਹੈ ਪਿੰਡ ਹੌਜਕਾਸ ਦੀ। ਅਸੀਂ ਪਹਿਲਾਂ ਵੀ ਇੱਥੇ ਖਬਰਾਂ ਲਾਈਆਂ ਇਸ ਪਿੰਡ ਦੇ। ਇੱਥੇ ਪਹਿਲਾਂ ਡਾਕਟਰ ਵੱਡਾ ਡਾਕਟਰ ਹੁੰਦਾ ਸੀਗਾ, ਹੋ ਗਏ ਕਈ 1.5 ਸਾਲ ਵੀ ਬੰਦ ਹੋਇਆ ਇਹਨੂੰ, ਡਾਕਟਰ ਇੱਥੇ ਨਹੀਂ ਆਉਂਦਾ ਅਤੇ ਡਿਸਪੈਂਸਰੀ ਬੰਦ ਪਈ ਹੈ ਅਤੇ ਕੋਈ ਵੀ ਇੱਥੇ ਸਾਰੇ ਗਰੀਬ ਲੋਕ ਆ ਅਤੇ ਅਸੀਂ ਇਹੋ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਸਾਰੀਆਂ ਡਿਸਪੈਂਸਰੀਆਂ ਖੁੱਲ੍ਹ ਚੁੱਕੀਆਂ, ਵੀ ਸਾਡੇ ਹੌਜਕਾਸ ਦੀ ਡਿਸਪੈਂਸਰੀ ਕਿਉਂ ਬੰਦ ਪਈ ਹੈ? ਗਰੀਬ ਲੋਕ ਆ ਕੇ ਇੱਥੇ ਕੋਈ ਡਾਕਟਰ ਦੀ ਸੁਵਿਧਾ ਹੋਵੇ ਅਤੇ ਗਰੀਬ ਦਵਾਈ ਦਵੂਈ ਆਪਾਂ ਲੈ ਸਕਣ। ਕਿਉਂ ਸ਼ਹਿਰ ਫਾਜ਼ਿਲਕਾ ਇੱਥੋਂ 22-23 ਕਿਲੋਮੀਟਰ ਆ, ਕੁੱਲ ਪਿੰਡ ਨੂੰ 7 ਲੱਗਦੇ ਆ ਜੀ ਡਿਸਪੈਂਸਰੀ। 7 ਪਿੰਡ ਲੱਗਦੇ ਆ, ਤਾਂ ਇਹ ਜਿਹੜੀ ਡਿਸਪੈਂਸਰੀ ਹੈ ਕਦੋਂ ਤੋਂ ਬੰਦ ਹੈ? ਇਹ 1.5 ਸਾਲ ਤੋਂ ਬੰਦ ਪਈ ਹੈ। 1.5 ਸਾਲ ਤੋਂ ਤੁਸੀਂ ਕੋਈ ਕਿਸੇ ਵਿਧਾਇਕ ਨੂੰ ਜਾਂ ਕਿਸੇ ਸਿਵਲ ਪ੍ਰਸ਼ਾਸਨ ਨੂੰ ਇਹਦੀ ਸ਼ਿਕਾਇਤ ਕੀਤੀ ਹੈ? ਸ਼ਿਕਾਇਤਾਂ ਤਾਂ ਬੜੀ ਵਾਰੀ ਕੀਤੀਆਂ, ਖਬਰ ਵੀ ਲਵਾਈ ਆ, ਪਰ ਇਹਦਾ ਕੋਈ ਅਸਰ ਨਹੀਂ ਹੋਇਆ ਅਜੇ ਤੱਕ। ਇਹ ਹੁਣ ਮੰਗ ਕੀ ਕਰਦੇ ਹੋ? ਮੰਗ ਇਹ ਹੀ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਸ ਵੱਲ ਧਿਆਨ ਦਿੱਤਾ ਜਾਵੇ ਅਤੇ ਡਿਸਪੈਂਸਰੀ ਅਤੇ ਡਾਕਟਰ ਵੱਡਾ ਭੇਜਿਆ ਜਾਵੇ ਅਤੇ ਇਸ ਸੁਵਿਧਾ ਮਿਲੇ ਲੋਕਾਂ ਨੂੰ। ਕੋਈ ਪਤਾ ਹੈ ਕਿ ਇਹ ਜਿਹੜੀ ਡਿਸਪੈਂਸਰੀ ਹੈ ਬੰਦ ਕਿਉਂ ਕੀਤੀ ਗਈ ਸੀ? ਇਹ ਕੁਛ ਕਾਰਨਾਂ ਕਰਕੇ ਇਹਨਾਂ ਨੇ ਆਪਣੇ ਕੋਈ ਕਲੀਨਿਕ ਖੋਲ੍ਹੇ ਸੀਗੇ, ਜਿਹਨਾਂ ਕਰਕੇ ਡਾਕਟਰਾਂ ਦੀ ਘਾਟ ਹੋਣ ਕਰਕੇ ਅਤੇ ਇਹਨਾਂ ਨੇ ਉੱਧਰ ਬੰਦੇ ਭੇਜ ਅਤੇ ਮੁੜ ਕੇ ਖੁੱਲ੍ਹੀ ਨਹੀਂ ਇਹ ਡਿਸਪੈਂਸਰੀ ਨੇ ਜੀ। ਸਾਡੇ ਡਿਸਪੈਂਸਰੀ ਬੰਦ ਹੋ ਗਈ, 1.5 ਸਾਲ ਹੋ ਗਏ ਨੇ, ਕੋਈ ਡਾਕਟਰ ਨਹੀਂ ਇੱਥੇ ਆਇਆ, ਕੋਈ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਸਹੂਲਤਾਂ ਨਹੀਂ ਮਿਲਦੀ ਪਈ ਜੀ। ਸਾਡਾ ਪਿੰਡ ਸਾਰਾ ਗਰੀਬ ਹੈ, ਸਾਡੇ ਕੋਲ ਬਾਹਰ ਦਵਾਈ ਲੈਣ ਜਾਇਆ ਨਹੀਂ ਜਾ ਸਕਦਾ ਜੀ। ਜੇ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਇੱਥੇ ਡਾਕਟਰ ਕਿੰਨੇ ਆਉਂਦੇ ਸੀ ਅਤੇ ਕੀ ਦਵਾਈਆਂ ਮਿਲਦੀਆਂ ਸੀ? ਡਾਕਟਰ ਇੱਥੇ ਵੱਡਾ ਆਉਂਦਾ ਸੀ ਅਤੇ ਦਵਾਈਆਂ ਸਾਰੀਆਂ ਹੀ ਮਿਲਦੀਆਂ ਸੀ ਸਾਨੂੰ, ਸਾਰੀ ਸਹੂਲਤ ਹੈਗੀ ਸੀ ਪਹਿਲਾਂ ਸਭ ਤੋਂ ਜੀ, ਸਾਰਿਆਂ ਦਾ ਇਲਾਜ ਵਧੀਆ ਹੁੰਦਾ ਸੀ ਇੱਥੇ। 1.5 ਸਾਲ ਤੋਂ ਤੁਸੀਂ ਕਹਿ ਰਹੇ ਹੋ ਬੰਦ ਹੈ, ਤਾਂ ਹੁਣ ਤੁਹਾਨੂੰ ਦਵਾਈ ਲੈਣ ਵਾਸਤੇ ਕਿੱਥੇ ਜਾਣਾ ਪੈਂਦਾ? ਸਾਨੂੰ ਫਾਜ਼ਿਲਕਾ ਜਾਂ ਜੰਡ ਵਾਲੇ ਜਾਣਾ ਪੈਂਦਾ ਹੈ ਜੀ। ਕਹਿਣ ਤੋਂ ਮਤਲਬ ਕਾਫੀ ਦੂਰ ਹੈ। ਹਾਂ, ਕਾਫੀ ਦੂਰ ਹੈ। ਹੋਰ ਵੀ ਲੋਕਾਂ ਦੇ ਜਿਹੜੇ 7 ਪਿੰਡਾਂ ਨੂੰ ਤੁਸੀਂ ਕਹਿ ਰਹੇ ਹੋ ਇਹ ਲੱਗਦੀ ਹੈ, ਤਾਂ ਇੱਥੋਂ ਲੋਕ ਆ ਕੇ ਮੰਨ ਲਓ ਪਰੇਸ਼ਾਨ ਹੋ ਕੇ ਜਾਂਦੇ ਨੇ? ਹਾਂ, 7 ਪਿੰਡਾਂ ਨੂੰ ਇਹ ਲੱਗਦੀ ਹੈ ਡਿਸਪੈਂਸਰੀ, ਅਤੇ ਇੱਥੋਂ ਜਿਹੜੇ ਆਉਂਦੇ ਨੇ ਵਿਚਾਰੇ ਪਰੇਸ਼ਾਨ ਹੋ ਕੇ ਚਲੇ ਜਾਂਦੇ ਨੇ ਜੀ। ਹੁਣ ਮੰਗ ਕੀ ਕਰਦੇ ਹੋ? ਮੰਗ ਸਾਡੀ ਇਹ ਵੀ ਇਹ ਡਿਸਪੈਂਸਰੀ ਖੁੱਲ੍ਹਣੀ ਚਾਹੀਦੀ ਹੈ, ਇੱਥੇ ਡਾਕਟਰ ਵੀ ਆਉਣੇ ਚਾਹੀਦੇ ਨੇ ਅਤੇ ਇੱਥੇ ਗਰੀਬ ਬੰਦਿਆਂ ਦੀ ਜੇ ਟੈਸਟ ਹੁੰਦੇ ਆ ਉਹ ਲੈਬੋਰਟਰੀ ਵੀ ਆਉਣੀ ਚਾਹੀਦੀ ਹੈ, ਸਾਡੇ ਕੋਲ ਬਾਹਰ ਰਿਪੋਰਟਾਂ ਵੀ ਕਰਾਉਣ ਨਹੀਂ ਜਾਇਆ ਜਾ ਸਕਦਾ। ਇਲੈਕਸ਼ਨ ਤੋਂ ਪਹਿਲਾਂ ਕਿਤੇ ਨਾ ਕਿਤੇ ਲੋਕਾਂ ਦੁਆਰਾ ਮੰਗ ਕੀਤੀ ਗਈ ਸੀ ਕਿ ਇਹ ਜਿਹੜੀ ਡਿਸਪੈਂਸਰੀ ਹੈ ਅਸਲ ਵਿੱਚ 24 ਘੰਟੇ ਹੋਣੀ ਚਾਹੀਦੀ ਸੀ, 24 ਘੰਟੇ ਤੋਂ ਬਾਅਦ ਇਹ ਬੰਦ ਕੀਤੀ ਗਈ ਹੈ, ਕਿਵੇਂ ਵੇਖਦੇ ਹੋ? ਬੰਦ ਕੀਤੀ ਗਈ ਹੈ ਅਤੇ ਹੁਣ ਉਹਨਾਂ ਨੂੰ ਚਾਹੀਦਾ ਖੋਲ੍ਹਣੀ ਚਾਹੀਦੀ ਹੈ, 24 ਘੰਟੇ ਨਹੀਂ ਤਾਂ ਕੋਈ ਨਾ ਕੋਈ ਅੱਧਾ ਦਿਨ ਤਾਂ ਖੋਲ੍ਹਣੀ ਚਾਹੀਦੀ ਉਹਨਾਂ ਨੂੰ ਜੀ। ਠੀਕ ਹੈ।